ਪੰਜਾਬ ਦੇ ਮਨਾਲੀ ਰੋਪੜ ਰੋਡ ਤੇ ਭਰਤਗੜ੍ਹ ਦੇ ਨਜ਼ਦੀਕ ਇੱਕ ਢਾਬੇ ਦੇ ਮਾਲਕ ਅਤੇ ਕਰਮਚਾਰੀਆਂ ਦੁਆਰਾ ਇੱਕ ਫੌਜ ਦੇ ਮੇਜਰ ਅਤੇ 16 ਜਵਾਨਾਂ ਦੀ ਟੀਮ ਤੇ ਕਥਿਤ ਤੌਰ ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਮੇਜਰ ਅਤੇ ਕੁਝ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਿਸ ਨੇ ਕੀਰਤਪੁਰ ਸਾਹਿਬ ਥਾਣੇ ਵਿੱਚ FIR ਦਰਜ ਕਰਕੇ ਢਾਬੇ ਦੇ ਮਾਲਕ ਅਤੇ ਮੈਨੇਜਰ ਸਮੇਤ ਕੁੱਲ 4 ਨੂੰ ਗ੍ਰਿਫਤਾਰ ਕੀਤਾ, ਜਦਕਿ 2 ਦਰਜਨ ਦੇ ਕਰੀਬ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ FIR ਦਰਜ ਦੇ ਅਨੁਸਾਰ ਇਹ ਘਟਨਾ ਸੋਮਵਾਰ ਨੂੰ ਵਾਪਰੀ, ਜਦੋਂ ਲੱਦਾਖ ਸਕਾਊਟਸ ਦੇ ਮੇਜਰ ਸਚਿਨ ਸਿੰਘ ਕੁੰਤਲ ਅਤੇ ਉਹਨਾਂ ਦੇ ਸੈਨਿਕ ਪਿਛਲੇ ਦਿਨ ਲਾਹੌਰ ਵਿੱਚ ਆਯੋਜਿਤ ਇੱਕ ਬਰਫ਼ ਦੀ ਮੈਰਾਥਨ ਜਿੱਤਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮਨਾਲੀ ਤੋਂ ਵਾਪਸ ਆ ਰਹੇ ਸਨ। ਪੁਲਿਸ ਨੇ ਦੱਸਿਆ ਕਿ ਚੰਡੀ ਮੰਦਿਰ ਵੱਲ ਜਾ ਰਹੀ ਸਿਪਾਹੀਆਂ ਦੀ ਟੀਮ ਰਾਤ ਦੇ ਕਰੀਬ 9:15 ਵਜੇ ਰੋਪੜ ਜ਼ਿਲ੍ਹੇ ਦੇ ਭਰਤਗੜ੍ਹ ਨੇੜੇ ਇੱਕ ਢਾਬੇ 'ਤੇ ਰਾਤ ਨੂੰ ਖਾਣਾ ਖਾਣ ਦੇ ਲਈ ਰੁਕੇ ਸੀ। FIR ਦੇ ਅਨੁਸਾਰ ਬਿੱਲ ਦੇ ਭੁਗਤਾਨ ਦੇ ਢੰਗ ਨੂੰ ਲੈ ਕੇ ਸਿਪਾਹੀਆਂ ਅਤੇ ਢਾਬਾ ਮਾਲਕ ਵਿਚਕਾਰ ਝਗੜਾ ਹੋ ਗਿਆ, ਕਿਉਂਕਿ ਉਸਨੇ UPI ਦੁਆਰਾ ਭੁਗਤਾਨ ਸਵੀਕਾਰ ਨਹੀਂ ਕੀਤਾ ਅਤੇ ਟੈਕਸ ਤੋਂ ਕਿਹਾ ਜਾ ਰਿਹਾ ਕਿ ਬਚਣ ਦੇ ਲਈ ਨਗਦ ਭੁਗਤਾਨ 'ਤੇ ਜ਼ੋਰ ਦਿੱਤਾ। ਜਦੋਂ ਤਕਰਾਰ ਵੱਧ ਗਈ ਤਾਂ ਕਿਹਾ ਜਾ ਰਿਹਾ ਕਿ ਢਾਬੇ ਦੇ ਮਾਲਕ ਨੇ ਆਪਣੇ ਕਈ ਬੰਦਿਆਂ ਨੂੰ ਬੁਲਾਇਆ ਅਤੇ ਉੱਥੇ ਮੇਜਰ ਸਮੇਤ ਜਵਾਨਾਂ ਦੇ ਨਾਲ ਕੁੱਟਮਾਰ ਕੀਤੀ ਗਈ। ਲਾਠੀ ਡੰਡਿਆਂ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ, ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਪੁਲਿਸ ਨੇ ਹੁਣ 4 ਨੂੰ ਗ੍ਰਿਫਤਾਰ ਕਰ ਲਿਆ ਅਤੇ ਜੋ ਫਰਾਰ ਨੇ ਉਹਨਾਂ ਦੀ ਵੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਇਹ ਇੱਕ ਆਰਮੀ ਦੀ ਇੱਕ 16 ਲੋਕ ਆ ਰਹੇ ਸੀਗੇ, ਆਰਮੀ ਦੇ ਆਫਿਸਰਸ। ਇਹਨਾਂ ਨੇ ਕੰਪੀਟੀਸ਼ਨ, ਸਾਰੇ ਮੈਰਾਥੋਨ ਰਨਰ ਸੀਗੇ ਆਰਮੀ ਦੇ, ਅਤੇ ਇੱਕ ਕਿਸੇ ਕੰਪੀਟੀਸ਼ਨ ਤੋਂ ਵਾਪਸ ਆ ਰਹੇ ਸੀ ਮਨਾਲੀ ਸਾਈਡ ਤੋਂ, ਭਰਤਗੜ੍ਹ ਰੁਕੇ ਸੀਗੇ ਖਾਣਾ ਖਾਣ ਲਈ। ਅਤੇ ਮੀਨਵਾਈਲ ਜਿੱਥੇ ਢਾਬੇ 'ਤੇ ਗਏ ਸੀ ਐਲਪਨ ਢਾਬੇ 'ਤੇ, ਜਦੋਂ ਖਾਣਾ ਖਾ ਕੇ ਵਾਪਸ ਜਾਣ ਲੱਗੇ, ਪੇਮੈਂਟ ਦੇ ਸਮੇਂ ਨਾਲ ਥੋੜ੍ਹਾ ਜਿਹਾ ਡਿਸਪਿਊਟ ਹੋਇਆ। ਪੇਮੈਂਟ ਇਹ ਕਰਨਾ ਚਾਹੁੰਦੇ, ਆਰਮੀ ਆਫਿਸਰ ਸਾਰੇ UPI ਨਾਲ ਪੇਮੈਂਟ ਕਰਨਾ ਚਾਹੁੰਦੇ ਸੀਗੇ, ਅਤੇ ਜਿਹੜੇ ਢਾਬੇ ਮਾਲਕ ਸੀ ਉਹਨਾਂ ਦਾ ਕਹਿਣਾ ਸੀ ਕਿ ਇੰਟਰਨੈਟ 'ਚ ਪ੍ਰੋਬਲਮ ਆ ਰਹੀ ਹੈ, ਤੁਸੀਂ ਇਹਨੂੰ ਪੇਮੈਂਟ ਕੈਸ਼ ਕਰ ਦਿਉ। ਸੋ ਕੈਸ਼ ਉਹਨਾਂ ਕੋਲ ਅਵੇਲੇਬਲ ਨਹੀਂ ਸੀਗਾ ਉਸ ਟਾਈਮ 'ਤੇ, ਇਸ ਚੀਜ਼ ਦਾ ਉਹਨਾਂ ਡਿਸਪਿਊਟ ਹੋਇਆ ਸੀ। ਆਲਦੋ ਇਹਨਾਂ ਨੇ ਪੇਮੈਂਟ ਕਰ ਦਿੱਤੀ, ਚਲੋ UPI ਇਹਨਾਂ ਨੇ ਸਕੈਨ ਕਰਕੇ ਪੇਮੈਂਟ ਕਰਤੀ, ਉਸ 'ਚ ਥੋੜ੍ਹਾ ਟਾਈਮ ਲੱਗਿਆ ਕਿਉਂਕਿ ਇੰਟਰਨੈਟ 'ਚ ਇਸ਼ੂ ਸੀਗੇ ਉੱਥੇ। ਅਤੇ ਮੀਨਵਾਈਲ ਇਹਨਾਂ ਦੀ ਲੜਾਈ ਉੱਥੇ ਪਹਿਲਾਂ ਗਾਲੀ ਗਲੋਚ ਹੋਈ ਹੈ, ਉਸ ਤੋਂ ਬਾਅਦ ਹੱਥੋਂ ਪਾਈ ਸ਼ੁਰੂ ਹੋ ਗਈ, ਅਤੇ ਢਾਬਾ ਮਾਲਕ ਨੇ ਆਪਣੇ ਵੇਟਰਾਂ ਨਾਲ ਬੁਲਾ ਕੇ ਫਿਰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸੋ ਇਹ ਮੈਟਰ ਹੋਇਆ ਸੀਗਾ। ਇਹ ਸਾਰੇ ਆਰਮੀ ਆਫਿਸਰਸ ਸਿਵਲ ਡਰੈਸ ਦੇ ਵਿੱਚ ਸੀਗੇ, ਅਤੇ ਇੱਕ ਪ੍ਰਾਈਵੇਟ ਟੈਂਪੂ ਟਰੈਵਲਰ 'ਚ ਟਰੈਵਲ ਕਰ ਰਹੇ ਸੀਗੇ। ਸੋ ਢਾਬੇ ਮਾਲਕ ਨੂੰ ਇੰਨਾ ਵੀ ਨਹੀਂ ਆਈਡੀਆ ਸੀਗਾ ਕਿ ਹੈ ਕੌਣ, ਆਹ ਆਰਮੀ ਆਫਿਸਰ ਹੈ ਕਿਹੜੇ ਹੈ। ਸੋ ਇਹ ਗੱਲ ਕਾਫੀ ਜ਼ਿਆਦਾ ਵੱਧ ਗਈ ਸੀਗੀ ਜਦੋਂ ਇਹਨਾਂ ਸੱਟਾਂ ਲੱਗੀਆਂ, ਹੋਸਪਿਟਲ ਐਡਮਿਟ ਕਰਾਇਆ ਗਿਆ। ਪੁਲਿਸ ਪਾਰਟੀ ਉੱਥੇ ਮੌਕੇ 'ਤੇ ਪਹੁੰਚ ਕੇ ਇਹਨਾਂ ਦੇ ਸਟੇਟਮੈਂਟਸ ਰਿਕਾਰਡ ਕੀਤੀਆਂ ਅਤੇ ਇਮੀਡੀਏਟਲੀ FIR ਰਜਿਸਟਰ ਕੀਤੀ ਗਈ ਹੈ। ਸਰ ਇਹਦੇ ਵਿੱਚ ਕੌਣ ਐਡਮਿਟ ਜਿਹੜਾ ਹਸਪਤਾਲ, ਕਿੰਨੇ ਬੰਦੇ ਦਾਖਲ ਹੋਏ? ਹਸਪਤਾਲ 'ਚ ਆਰਮੀ ਦੇ 4 ਜਵਾਨਾਂ ਦੇ ਟੋਟਲ ਸੱਟਾਂ ਲੱਗੀਆਂ ਸੀਗੀਆਂ, ਜਿਸ 'ਚ ਇੱਕ ਮੇਨ ਮੇਜਰ ਸੀਗੇ, ਮੇਜਰ ਦੇ ਕਾਫੀ ਸਾਰਾ ਸੱਟਾਂ ਸੀਗੀਆਂ, ਅਤੇ ਬਾਕੀ 3 ਹੋਰ ਸੀਗੇ। ਜਿਹੜੇ 3 ਬਾਕੀ ਸੀ ਉਹਨਾਂ ਨੂੰ ਫਸਟ ਏਡ ਕਰਾ ਕੇ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਸੀ, ਅਤੇ ਮੇਜਰ ਸਾਹਿਬ ਨੂੰ ਇਹ ਕਮਾਂਡ ਹੋਸਪਿਟਲ ਆਰਮੀ ਦੇ ਚੰਡੀ ਮੰਦਿਰ ਉੱਥੇ ਲਿਜਾਇਆ ਗਿਆ ਅਤੇ ਉਹ ਜੇਰੇ ਇਲਾਜ ਹੈਗੇ। ਹੁਣ ਤੱਕ ਕੋਈ ਗ੍ਰਿਫਤਾਰੀ ਇਸ ਮਾਮਲੇ 'ਚ ਕਿੰਨੀਆਂ ਹੋਈਆਂ? ਜੀ, ਇਹ ਵਕਵਾ ਹੈਗਾ 11:12 ਦੀ ਰਾਤ ਦਾ। ਸੋ 12 ਨੂੰ ਆਪਾਂ ਅਰਲੀ ਮੋਰਨਿੰਗ ਹੀ ਪਰਚਾ ਦਰਜ ਕਰਤਾ ਸੀਗਾ ਇਮੀਡੀਏਟਲੀ ਇਨਫੋਰਮੇਸ਼ਨ ਮਿਲਣ ਦੇ ਨਾਲ। ਸੋ ਅਤੇ 12 ਨੂੰ ਹੀ ਅਸੀਂ 2 ਕਰਿੰਦੇ ਅਰੈਸਟ ਕਰ ਲਏ ਸੀਗੇ, ਅਤੇ ਉਸ ਤੋਂ ਇਲਾਵਾ ਕੱਲ੍ਹ 13 ਤਰੀਕ ਨੂੰ ਅਸੀਂ ਢਾਬਾ ਮਾਲਕ, ਇਹ ਲੜਕਾ ਸੀਗਾ ਜੈਕਾਰ ਸਿੰਘ ਪੁੱਤਰ ਲਖਵਿੰਦਰ ਸਿੰਘ, ਅਤੇ ਇੱਕ ਜਿਹੜਾ ਢਾਬੇ ਦਾ ਮੈਨੇਜਰ ਸੀ ਮਨਪ੍ਰੀਤ ਸਿੰਘ ਮਨੀ, ਬੜਾ ਪਿੰਡ ਦਾ ਰਹਿਣ ਵਾਲਾ ਹੈ ਭਰਤਗੜ੍ਹ ਦਾ, ਇਹਨਾਂ ਨੂੰ ਆਪਾਂ ਦੋਨਾਂ ਨੂੰ ਅਰੈਸਟ ਕਰ ਲਿਆ।
ਇਹ ਟੋਟਲ 4 ਲੋਕ ਅਰੈਸਟ ਹੋ ਚੁੱਕੇ ਹੈ ਅਤੇ ਬਾਕੀ ਅਸੀਂ ਟੀਮਸ ਫੋਰਮ ਕਰਕੇ ਅਲੱਗ ਅਲੱਗ ਜਗ੍ਹਾ 'ਤੇ ਰੇਡਸ ਕੀਤੀ ਜਾ ਰਹੀ ਹੈ ਅਤੇ ਜਲਦੀ ਸਾਰੇ ਕਾਬੂ ਕੀਤੇ ਜਾਣਗੇ। ਕਿੰਨੇ ਬੰਦਿਆਂ ਦੇ ਮਾਮਲਾ ਦਰਜ ਦਾ ਕੀਤਾ? ਇਹ ਬਿਆਨ 'ਚ ਉਹਨਾਂ ਨੇ ਲਿਖਵਾਇਆ ਸੀਗਾ ਢਾਬੇ ਦਾ ਮਾਲਕ ਅਤੇ 30-35 ਨਾਮ ਨੂੰ ਵਿਅਕਤੀ, ਪਰ CCTV ਫੁਟੇਜ ਚੈੱਕ ਕੀਤੀ ਜਾ ਰਹੀ ਹੈ ਕਿਉਂਕਿ ਲੜਾਈ ਝਗੜੇ ਦੌਰਾਨ ਅਕਸਰ ਸਹੀ ਕਿੰਨੇ ਬੰਦੇ ਹੈਗੇ ਨਹੀਂ ਕੋਈ ਦੱਸ ਸਕਦਾ ਹੈਗਾ, ਜਿਹਦੇ ਨਾਲ ਘਟਨਾ ਵਾਪਰੀ ਹੁੰਦੀ ਹੈ। ਸੋ ਇਹ CCTV ਫੁਟੇਜ ਨਾਲ ਪਹਿਚਾਣ ਕੀਤੀ ਜਾ ਰਹੀ ਹੈਗੀ ਹੈ। ਕਰੀਬ 10-15 ਬੰਦੇ ਸੀਗੇ ਜਿਹਦੇ ਵਿੱਚ ਹੋਇਆ ਸਾਰਾ। ਸੋ ਇਹ ਸਾਰਾ ਆਪਾਂ ਮੈਟਰ CCTV ਫੁਟੇਜ ਨੂੰ ਫੋਲੋ ਕਰ ਰਹੇ ਹਾਂ ਅਤੇ ਉਹਨੂੰ ਆਈਡੈਂਟੀਫਾਈ ਕਰਕੇ ਆਪਾਂ ਅਗਲੀ ਕਾਰਵਾਈ ਵਿੱਚ ਲਿਆ ਰਹੇ ਹਾਂ। ਅਤੇ ਜਿਹੜੇ ਗ੍ਰਿਫਤਾਰੀਆਂ ਕੀਤੀਆਂ ਉਹਦੇ 'ਚ ਉਹਨਾਂ ਨੂੰ ਕੋਰਟ 'ਚ ਵੀ ਪੇਸ਼ ਕੀਤਾ ਗਿਆ ਕੀ? ਜੀ, ਇਹਨਾਂ ਨੂੰ ਜਿਹੜੇ ਆਪਾਂ 12 ਤਰੀਕ ਨੂੰ ਅਰੈਸਟ ਕੀਤੇ ਸੀਗੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਅਤੇ ਕੁਛ ਉਹਨਾਂ ਕੋਲ ਰਿਕਵਰੀ ਕਰਾਈ ਗਈ ਹੈ। ਜਿਹੜੇ ਵੈਪਨ ਸੀਗਾ ਉਹਨਾਂ ਕੋਲ ਕੜਾ ਵਗੈਰਾ ਜਿਹੜਾ ਜੋ ਚੀਜ਼ ਡੰਡਾ ਜੋ ਚੀਜ਼ ਉਹਨਾਂ ਮੌਕੇ 'ਤੇ ਮਿਲੀ ਉਹਨਾਂ ਨੇ ਉਸ ਚੀਜ਼ ਨਾਲ ਵਾਰ ਕੀਤੇ ਸੀਗੇ। ਸੋ ਉਹਨਾਂ ਨੂੰ ਅੱਜ ਦੁਬਾਰਾ ਕੋਰਟ 'ਚ ਪੇਸ਼ ਕੀਤਾ ਜਾਵੇਗਾ ਅਤੇ ਸੈਕਿੰਡ ਜਿਹੜੇ ਆਪਣੇ ਕੱਲ੍ਹ ਅਰੈਸਟ ਕੀਤੇ ਹੈ ਉਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਜਿਹੜੇ ਬਾਕੀ ਹੈਗੇ ਨੇ ਦੋਸ਼ੀ ਉਹਨਾਂ ਨੂੰ ਆਈਡੈਂਟੀਫਾਈ ਕਰਵਾ ਕੇ ਉਹਨਾਂ ਦੀ ਡਿਟੇਲਸ ਹਾਸਲ ਕਰਕੇ ਅਰੈਸਟ ਕੀਤੇ ਜਾਣਗੇ।